ਗੁੰਡਾਗਰਦੀ ਦੀਆਂ ਇਹ ਤਸਵੀਰਾਂ ਇੱਕ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਟੋਲ ਕਰਮਚਾਰੀ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਇੱਥੇ ਟੋਲ ਟੈਕਸ ਨੂੰ ਲੈ ਕੇ ਪਹਿਲਾਂ ਤਾਂ ਬਹਿਸ ਹੁੰਦੀ ਹੈ ਤੇ ਬਹਿਸ ਹੋਣ ਤੋਂ ਬਾਅਦ ਗੱਲ ਇੰਨੀ ਵੱਧ ਜਾਂਦੀ ਹੈ ਕਿ ਇਹਨਾਂ ਕਾਰ ਚਾਲਕਾਂ ਦੇ ਵੱਲੋਂ ਟੋਲ ਕਰਮਚਾਰੀ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਗੱਡੀ ਟੋਲ ਪਲਾਜ਼ਾ ਤੇ ਰੁਕੀ ਹੋਈ ਹੈ ਅਤੇ ਕਰਮਚਾਰੀਆਂ ਦੇ ਨਾਲ ਬਹਿਸਬਾਜ਼ੀ ਹੋ ਰਹੀ ਹੈ। ਕੁਝ ਹੀ ਦੇਰ ਦੇ ਵਿੱਚ ਇੱਕ ਕਰਮਚਾਰੀ ਦੇ ਨਾਲ ਕੁੱਟਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਇੱਥੇ ਟੋਲ ਕਰਮੀ ਦਾ ਕਹਿਣਾ ਆ ਕਿ ਜਿਸ ਗੱਡੀ ਨੂੰ ਉਸਨੇ ਰੋਕਿਆ ਸੀ ਉਹ ਖੁਦ ਨੂੰ ਸਰਪੰਚ ਦੇ ਰਿਸ਼ਤੇਦਾਰ ਦੱਸ ਕੇ ਉੱਥੋਂ ਗੱਡੀ ਲਿਜਾਣਾ ਚਾਹੁੰਦੇ ਸਨ, ਪਰ ਜਿਵੇਂ ਹੀ ਕਰਮਚਾਰੀ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਤਾਂ ਇਹਨਾਂ ਨੇ ਰੁਕਣ ਦੀ ਬਜਾਏ ਉਸ ਕਰਮਚਾਰੀ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਲੋਕ ਮਿਲ ਕੇ ਇਸ ਟੋਲ ਕਰਮਚਾਰੀ ਦੀ ਕੁੱਟਮਾਰ ਕਰ ਰਹੇ ਨੇ ਜੋ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਹ ਮਾਮਲਾ ਸੋਨੀਪਤ ਦੇ ਨੈਸ਼ਨਲ ਹਾਈਵੇ 44 ਦਾ ਹੈ, ਜਿੱਥੇ ਟੋਲ ਪਲਾਜ਼ਾ 'ਤੇ ਇੱਕ ਗੱਡੀ ਆ ਕੇ ਰੁਕਦੀ ਹੈ ਅਤੇ ਟੋਲ ਕਰਮਚਾਰੀਆਂ ਦੇ ਵੱਲੋਂ ਉਸਨੂੰ ਰੁਕਣ ਲਈ ਕਿਹਾ ਜਾਂਦਾ ਹੈ, ਪਰ ਕਾਰ ਚਾਲਕ ਆਪਣੀ ਆਈਡੈਂਟੀ ਦਿਖਾਉਂਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਉਹ ਸਰਪੰਚ ਦਾ ਰਿਸ਼ਤੇਦਾਰ ਹੈ। ਫਿਰ ਵੀ ਟੋਲ ਕਰਮਚਾਰੀ ਦੇ ਵੱਲੋਂ ਉਸਨੂੰ ਰੁਕਣ ਲਈ ਕਿਹਾ ਜਾਂਦਾ ਹੈ ਪਰ ਉਹ ਰੁਕਦਾ ਨਹੀਂ ਹੈ। ਇਸੇ ਨੂੰ ਲੈ ਕੇ ਬਹਿਸ ਸ਼ੁਰੂ ਹੁੰਦੀ ਹੈ ਤੇ ਫਿਰ ਗੱਲ ਇੰਨੀ ਵੱਧ ਜਾਂਦੀ ਹੈ ਕਿ ਇਹਨਾਂ ਕਾਰ ਚਾਲਕਾਂ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਟੋਲ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ, ਜਿਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਵੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਅਸ਼ੋਕ ਹੈ। ਹਾਂ, ਮੈਂ ਟੀਐਮ ਟ੍ਰੈਫਿਕ ਮਾਰ ਸਰ। ਅੱਛਾ, ਕੀ ਬਾਤ ਹੋਈ ਸੀ ਸਰ? 35 ਨੰਬਰ ਲਾਈਨ ਮੇਰੀ ਡਿਊਟੀ ਸੀ, ਤੋ ਵਹਾਂ ਪਰ ਇੱਕ ਗਾੜੀ ਰੁਕੀ ਜੈਸਾ ਆ ਗਏ ਤੋ ਪੁਲਿਸ ਇੱਕ ਫੇਕ ਆਈਡੀ ਲੈ ਰਿਹਾ ਥਾ, ਤੋ ਸਟਾਫ ਕੋ ਬੋਲਾ ਵੈਸੇ ਬੈਕ ਕਰਵਾ ਦੋ, ਜਿਵੇਂ ਆਗੇ ਗਾੜੀ ਨਿਕਲੇ ਗਈ ਨਹੀਂ ਹੈ। ਮੈਂ ਬੈਕ ਕਰਾਉਣ ਪਿੱਛੇ ਲੜ ਸੋਲੀ ਹੋ ਗਏ ਬੰਦੇ ਥੇ ਸਰਪੰਚ ਕੇ ਰਿਲੇਟਿਵ ਬੰਬਲ, ਤੋ ਮੈਂ ਮੰਮਾ ਬੋਲਾ ਉਨ ਕੋ ਭਾਈ ਤੋ ਸਾਡੇ ਥੇ ਲਗਾ ਲੇ, ਤੇ ਬੋਲਾ ਬਾਨੂੰ ਕਿਆ ਆਗੇ ਆਈਡੀ ਲੈ ਲੇ। ਮੈਂ ਉਸ ਬੋਲਿਆ ਭਾਈ ਆਪਕੇ ਉਹ ਪਹਿਲਾਂ ਫੇਕ ਆਈਡੀ ਲੈ ਰਹੇ, ਕਿਆ ਆਈਡੀ ਲਿਓ ਆਪ ਸਾਡੇ ਥੇ ਨਿਕਾਲ ਲੋ ਚੰਗਾ ਹੈ ਬਤੇ ਥੇ, ਇਤਨਾ ਉਤਰ ਤੈਨੂੰ ਗਾਲੀ ਗਲੋਚ ਕਰਨ ਲੱਗੇ। ਮੈਂ ਬੋਲਾ ਮੈਨੂੰ ਗਾਲੀ ਮਤ ਪਕੋ ਭਾਈ, ਕੋਈ ਤਰ੍ਹਾਂ ਕਹਿ ਤੈਨੂੰ ਮੈਂ ਚਾਰ ਜਣੇ ਚਲਾ ਤੇ ਮੈਨੂੰ ਪਕੜ ਲਿਆ, ਮਾਰਾ ਪਿੱਟੀ ਕਰੀ ਆਗੇ, ਮਾਰਾ ਪਿੱਟੀ ਹੋਈ ਲੈਣ ਪਏ। ਫਿਰ ਉਹਨੇ ਸਰਪੰਚ ਕੋ ਬੁਲਾ ਲਿਆ, ਸਰਪੰਚ ਆਇਆ ਤੁਰੰਤ ਮਾਰਨੇ ਪਿੱਟਣੇ ਲੱਗ ਗਿਆ। ਜਿਸਕਾ ਨਾਮ ਹੈ ਸਰਪੰਚ ਕੋ? ਬੰਬਲ ਆਰੀਆ, ਉਸਕਾ ਪ੍ਰਿਯਵਰਤ ਨਾਮ ਹੈ, ਵੈਸੇ ਬੰਬਲ ਕਹਤੇ ਉਸਕੋ। ਠੀਕ ਹੈ, ਉਸਨੇ ਨਾ ਕਿਸੇ ਕੀ ਸੁਣੀ ਆਤੇ ਦੜਾ ਦੜ ਮਾਰਨੇ ਲੱਗ ਗਿਆ।